ਯਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਮਰਨ ਤੋਂ ਪਹਿਲਾਂ ਸਿਦਾਰਥ ਸ਼ੁਕਲਾ ਨੇ ਲਿਖੀ ਸੀ ਇਹ ਗੱਲ ਪੜ੍ਹ ਕੇ ਸਭ ਹੋ ਗਏ ਭਾਵੁਕ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਉਨ੍ਹਾਂ ਦੀ ਮੌਤ ਤੋਂ ਬਾਅਦ ਟੀਵੀ ਇੰਡਸਟਰੀ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਹਾਲਾਂਕਿ ਪਰਿਵਾਰ ਦੀ ਇਹ ਸੱਟ ਸੈਣੀ ਬਹੁਤ ਹੀ ਔਖੀ ਹੈ ਕਿਉਂਕਿ 40 ਸਾਲ ਦੀ ਉਮਰ ਵਿੱਚ ਸਿਦਾਰਥ ਸ਼ੁਕਲਾ ਇਸ ਸੰਸਾਰ ਨੂੰ ਅਲਵਿਦਾ ਕਹੇ ਹਨ ਅਜੇ ਵੀ ਬਹੁਤ ਸਾਰੇ ਲੋਕਾਂ ਵੱਲੋਂ ਇਹ ਯਕੀਨ ਕਰਨਾ ਮੁਸ਼ਕਲ ਹੈ ਸਿਦਾਰਥ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਫਿਲਮੀ ਸਤਾਰਿਆਂ ਦੇ ਵੱਲੋਂ ਟੈਲੀਵਿਜ਼ਨ ਪਰਸਨੈਲਿਟੀਆਂ ਦੇ ਵੱਲੋਂ ਸਿਦਾਰਥ ਸ਼ੁਕਲਾ ਦੀ ਤਸਵੀਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਹੈ ਉਨ੍ਹਾਂ ਦੀ ਮੌਤ ਤੇ ਸੋਗ ਜ਼ਾਹਰ ਕੀਤਾ ਜਾ ਰਿਹਾ ਪਰ ਸਿਦਾਰਥ ਸ਼ੁਕਲਾ ਦੇ ਮਰਨ ਤੋਂ ਪਹਿਲਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕੁਝ ਅਜਿਹੀਆਂ ਤਸਵੀਰਾਂ ਤੇ ਕੁਝ ਅਜਿਹੇ ਕੈਪਸ਼ਨ ਲਿਖੀ ਸੀ ਜੋ ਇਸ ਵਿਅਕਤੀ ਦੇ ਪੜ ਰਿਹਾ ਸੀ ਉਹ ਭਾਵਕ ਹੋ ਸਕਦਾ ਦਰਅਸਲ ਸਿਦਾਰਥ ਸ਼ੁਕਲਾ ਵੱਲੋਂ ਕੁਝ ਦਿਨ ਪਹਿਲਾਂ ਆਪਣੇ ਇੰਸਟਾਗ੍ਰam ਪ੍ਰੋਫਾਈਲ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਦੇ ਵਿੱਚ ਕੈਪਸ਼ਨ ਦੇ ਵਿੱਚ ਉਹਨਾਂ ਨੇ ਹਾਰਟ ਦੀ ਲਾਈਨ ਬਣਾ ਕੇ ਉਸ ਦੇ ਵਿੱਚ ਇੱਕ ਵੱਡੀ ਸਾਰੀ ਕੈਪਸ਼ਨ ਵੀ ਲਿਖੀ ਗਈ ਸੀ ਉਹ ਤਸਵੀਰ ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾ ਦਈਏ ਸੋ ਇਹ ਸਿਦਾਰਥ ਸ਼ੁਕਲਾ ਦੀ ਤਸਵੀਰ ਆ ਸੋ ਇਹ ਕੈਪਸ਼ਨ ਜਿਹੜੀ ਤੁਸੀਂ ਦੇਖ ਰਹੇ ਹੋ ਉਹਨਾਂ ਦੇ ਵੱਲੋਂ ਲਿਖੀ ਗਈ ਸੀ ਸੋ ਕਲੀਅਰਟੀ ਜਿਹੜੀ ਕੈਪਸ਼ਨ ਦੀ ਨਹੀਂ ਆ ਰਹੀ ਸੋ ਤੁਹਾਨੂੰ ਦੇਖਣ ਦੇ ਵਿੱਚ ਪ੍ਰੋਬਲਮ ਹੁੰਦੀ ਹੋਵੇ گی ਆਈ ਥਿੰਕ ਸੋ ਇਹ ਕੋਸ਼ਿਸ਼ ਕਰਾਂਗੇ ਅਸੀਂ ਤੁਹਾਨੂੰ ਦੁਕਾਨ ਦੀ ਸੋ ਇਹ ਜਿਹੜੀ ਉਹਨਾਂ ਦੇ ਹੱਥ ਦੇ ਵਿੱਚ ਫੋੜੀ ਹੋਈ ਆ ਦਾ ਹੀਰੋਸ ਵੀ ਹੋਵਨ ਸੋ ਇਹ ਉਹਨਾਂ ਦੇ ਵੱਲੋਂ ਲਿਖੀ ਗਈ ਸੀਗੀ ਨਾਲ ਹੀ ਉਹਨਾਂ ਦੇ ਵੱਲੋਂ ਮੈਡੀਕਲ ਸਟਾਫ ਦੀ ਤਾਰੀਫ ਵੀ ਕੀਤੀ ਗਈ ਸੀ ਪਰ ਅਫਸੋਸ ਮੈਡੀਕਲ ਸਟਾਫ ਦੇ ਲਈ ਹਾਰਟਲਾਈਨ ਬਣ ਕੇ ਤਾਰੀਫ ਕਰਨ ਵਾਲੇ ਸਦਾਰਥ ਸ਼ੁਕਲਾ ਲਈ ਆਪਣੇ ਹੀ ਦਿਲ ਦਾ ਦੌਰਾ ਪੈਣ ਦੇ ਕਾਰਨ ਸੁਫਾਨੀ ਸੰਸਾਰ ਤੋਂ ਰੁਕਸਤ ਹੋ ਗਏ ਨੇ ਸਦਾਰਥ ਸ਼ੁਕਲਾ ਨੇ ਪਰਿਵਾਰ ਅਤੇ ਚਾਹਵਨ ਵਾਲਿਆਂ ਦੇ ਵਿੱਚ ਇਸ ਸਮੇਂ ਦੁੱਖ ਦੀ ਲਹਿਰ ਦੌੜ ਚੁੱਕੀ